हेलो गाइस, की हाल चाल ने ਤੁਹਾਡੇ ਤੇ ਮੈਂ ਤੁਹਾਡਾ ਆਪਣਾ ਸੰਮੇਸ਼ ਸਿੰਘ ਤੇ ਅੱਜ ਦੇ ਵੀਲੋਗ ਦੇ ਵਿੱਚ ਦੁਬਾਰਾ ਸਵਾਗਤ ਹੈ ਤੁਹਾਡਾ ਤੇ ਸਾਡੇ ਨਾਲ ਨੇ ਦਿਲਪ੍ਰੀਤ ਕੌਰ ਐਂਡ ਹਸਨ ਜਮਨ ਸਿੰਘ। ਸੋ ਗਾਈਜ਼, ਅੱਜ ਅਸੀਂ ਜਾ ਰਹੇ ਹੈਗੇ ਆ ਮਿਰਾਕਲ ਗਾਰਡਨ ਤੇ ਉੱਥੇ ਜਾ ਕੇ ਤੁਹਾਨੂੰ ਅੱਜ ਦਿਖਾਵਾਂਗੇ ਘੈਂਟ ਘੈਂਟ ਚੀਜ਼ਾਂ। ਠੀਕ ਹੈ, ਮਤਲਬ ਉੱਥੇ ਜਿਹੜੇ ਫਲਾਵਰਸ ਉਹਨਾਂ ਨੇ ਯੂਜ਼ ਕੀਤੇ ਹੋਏ ਨੇ, ਕਹਿੰਦੇ ਪਤਾ ਨਹੀਂ ਕਿੰਨੇ ਲੱਖ ਮਿਲੀਅਨ ਤਰ੍ਹਾਂ ਦੇ ਵੱਖਰੇ ਵੱਖਰੇ ਫਲਾਵਰਸ ਆ ਤੇ ਉਹਨਾਂ ਦੇ ਨਾਲ ਉਹਨਾਂ ਨੇ ਇੱਦਾਂ ਦੀਆਂ ਸਟਰਕਚਰਸ ਕ੍ਰੀਏਟ ਕੀਤੀਆਂ ਹੋਈਆਂ, ਲਾਈਕ ਐਰੋਪਲੇਨ ਬਣਾਇਆ, ਮਿੱਕੀ ਮਾਊਸ ਬਣਾਇਆ, ਉਦਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਸਾਰੀਆਂ। ਸਾਡੇ ਨਾਲ ਵੇਖਿਓ, ਪੂਰੀ ਵੀਡੀਓ ਇੰਜੋਏ ਕਰੋ, ਸ਼ੁਰੂ ਤੋਂ ਲੈ ਕੇ ਐਂਡ ਤੱਕ ਲਾਈਕ ਮਿਨਟ ਹੋ ਦੋ ਤੇ ਚੈਨਲ ਸਬਸਕ੍ਰਾਈਬ ਕਰ ਲਓ ਤੇ ਆ ਜਾਓ ਸਾਡੇ ਨਾਲ। ਟੈਕਸੀ 'ਚ ਬੈਠ ਚੁੱਕੇ ਹਾਂ ਇੱਥੋਂ ਦੀ, ਅਸੀਂ ਜਾ ਰਹੇ ਹਾਂ ਮਿਰੈਕਲ ਗਾਰਡਨ। ਠੀਕ ਹੈ, ਜਪਨ ਵੈਸੇ ਇਹਨੂੰ ਨੀਂਦ ਆ ਰਹੀ ਸੀ ਪਰ ਹੁਣ ਇਹ ਪੂਰਾ ਐਕਟਿਵ ਹੋ ਚੁੱਕਿਆ। ਇੱਕ ਤਾਂ ਪਾਕਿਸਤਾਨੀ ਲੜਕਾ ਤਾਂ ਉਹਦੀ ਵੀਡੀਓ ਡਾਲੀ ਸੀ ਤੋ। ਅੱਛਾ, ਪੇਂਟਰ ਜੋ ਵਾਇਰਲ ਪੇਂਟਰ ਹੋਇਆ ਤਾਂ। ਅੱਛਾ ਅੱਛਾ, ਠੀਕ ਹੈ ਠੀਕ ਹੈ। ਆਰਿਫ 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 ਪੇਂਟਰ ਤਾਂ ਉਸਕਾ ਨਾਮ ਪਤਾ ਨਹੀਂ, ਲੇਕਿਨ ਮੈਨੇ ਉਸ ਪਹਿਲੀ ਮਰਤਬਾ ਆਪਕੀ ਚੈਨਲ ਪੇ ਦੇਖਾ ਤਾਂ। ਅੱਛਾ, ਕੀ ਬਾਤ। ਹਾਂ, वो उसकी वीडियो मैंने देखी है। और इसके अलावा एक दफा ये तारिक जमील साहब जो पाकिस्तान, हाँ हाँ हाँ, ठीक है, उसकी वीडियो मैंने देखी थी। और एक दफा अजान थी, पता नहीं किस कंट्री की थी, आप लोग ने अजान, हाँ जी अजान की भी हमने अराउंड 5-6 वीडियोस पे रिएक्शन बनाया हुआ। अच्छा, मेरे ख्याल से वो कौन सी कंट्री की था, लेकिन एक अजान की वीडियो आप लोगों ने डाली थी, वो मैंने देखी है। ओके, लेकिन मेरे को आपको तो देखिए मेरे को पता चल गया, लेकिन ये इसको पता नहीं चला। अच्छा, जेडी टैक्सी ਵਿੱਚ ਅਸੀਂ ਬੈਠੇ ਆ, ਇਹਨਾਂ ਬ੍ਰਦਰ ਨੇ ਵੀ ਆਪਾਂ ਨੂੰ ਪਛਾਣ ਲਿਆ, ਬਟ ਇਹਨਾਂ ਨੇ ਦਿਲਪ੍ਰੀਤ ਨੂੰ ਨਹੀਂ ਪਛਾਣਿਆ। ਇਹ ਕਹਿ ਰਹੇ ਆ ਕਿ ਦਿਲਪ੍ਰੀਤ ਨਹੀਂ ਹੁੰਦੀ ਤੁਹਾਡੇ ਨਾਲ, ਕੋਈ ਹੋਰ ਕੁੜੀ ਹੁੰਦੀ ਹੈ। ਸੋ ਸ਼ਾਇਦ ਮਿਸਅੰਡਰਸਟੈਂਡਿੰਗ ਹੋਣੀ ਹੈ ਜਾਂ ਫਿਰ ਸੱਚੀ ਕੀ ਪਤਾ ਕੋਈ ਹੋਵੇ, ਹੈ ਨਾ। ਭਾਈ ਸਾਹਿਬ, ਤੁਹਾਡਾ ਨਾਮ ਕੀ ਹੈ ਜੀ? ਮੇਰਾ ਨਾਮ ਸਾਦਤ ਹੈ, ਸਾਦਤ ਅਲੀ। ਓਕੇ, ਤੇ ਇਹ ਪਿਸ਼ਾਵਰ ਤੋਂ ਨੇ, ਵੈਸੇ ਪੰਜਾਬ ਚ ਰਹਿੰਦੇ ਆ ਤੇ ਹੁਣ ਇੱਥੇ ਦੁਬਈ। ਪੰਜਾਬੀ ਵੀ ਬੋਲਦੇ ਆ, ਪਸ਼ਤੋ ਵੀ ਬੋਲਦੇ ਆ। ਸਹੀ ਹੈ, ਅਸੀਂ ਫਾਈਨਲੀ ਪਹੁੰਚ ਗਏ ਮਿਰੈਕਲ ਗਾਰਡਨ। ਠੀਕ ਹੈ, ਦਿਖਾ ਦਈਏ ਇਹ, ਆਓ ਚੱਕੋ, ਉਹ ਐਂਟਰੈਂਸ ਆ, ਉੱਥੋਂ ਹੁਣ ਆਪਾਂ ਟਿਕਟ ਲੈਣੀ ਆ ਤੇ ਉਸ ਤੋਂ ਬਾਅਦ ਆਪਾਂ ਅੱਗੇ ਜਾਣਾ ਸਵਾਲ। ਸੋ ਗਾਈਜ਼, ਆਹ ਜਿਹੜੀ ਆ ਐਂਟਰੈਂਸ ਆ ਮੇਨ, ਅਤੇ ਇੱਧਰੋਂ ਦੀ ਜਿਹੜੀ ਟਿਕਟ ਮਿਲਣੀ ਹੈ ਅਤੇ ਸਾਨੂੰ ਇੱਥੇ ਲਾਈਨ 'ਚ ਲੱਗਣਾ ਪੈਣਾ। ਜਿਹੜੀਆਂ ਦੋ ਟਿਕਟਸ ਆਪਾਂ ਲੈ ਲਈਆਂ ਅਡਲਟਸ ਦੀਆਂ, ਇੱਥੇ ਜਿਹੜੀ ਟਿਕਟ ਦਾ ਪ੍ਰਾਈਸ ਉਹ ਹੈਗਾ ਅਰਾਊਂਡ 55 ਦਿਰਮ ਫੋਰ ਈਚ ਪਰਸਨ। ਅਤੇ ਅੱਗੇ ਹੁਣ ਆਪਾਂ ਇੱਥੇ ਚੈਕਿੰਗ ਕਰਾਉਣੀ ਆ ਅਤੇ ਉਸ ਤੋਂ ਬਾਅਦ ਅੱਗੇ ਜਾਣਾ। ਸੋ ਆ ਜਾਓ ਜੀ ਸਰਦਾਰ ਜੀ। ਹਾਂਜੀ, ਕੀ ਹਾਲ ਹੈ ਜੀ? ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਓਕੇ ਠੀਕ ਪਹਿਚਾਣ, ਹਾਂਜੀ ਪਹਿਚਾਣ ਲਿਆ ਲੱਗਦਾ ਤੁਸੀਂ। ਕਿਆ ਬਾਤ ਹੈ, ਗੱਡੀ ਦੇ ਵਾਸਤੇ ਕਿਸੇ ਆਣਾ ਮਾਰ ਜੋ। ਠੀਕ ਹੈ ਬਰੋ, ਓਕੇ ਥੈਂਕ ਯੂ, ਥੈਂਕ ਯੂ ਸੋ ਮਚ ਬਰੋ, ਓਕੇ ਜੀ। ਲਓ ਜੀ ਗਾਈਜ਼, ਆਪਾਂ ਪਹੁੰਚ ਗਏ ਹਾਂ ਅਤੇ ਆਉਂਦੇ ਘੋੜਿਆਂ ਨੇ ਹੀਂਗ ਹੀਂਗ ਕੇ ਸਵਾਗਤ ਕਰਤਾ, ਮਤਲਬ ਆਹ ਵਾਲੇ ਘੋੜੇ ਯਾਰ, ਪਿੱਛੇ ਆਪਾਂ ਨੂੰ ਪਛਾਣ ਲਿਆ ਸੀ ਉਹਨਾਂ ਨੇ ਵੀ। ਅਤੇ ਆਹ ਦੇਖ ਸਕਦੇ ਹਾਂ ਤੁਸੀਂ ਜਿਹੜਾ ਹੈਗਾ ਮਿਰੈਕਲ ਗਾਰਡਨ, ਜਿਹੜੇ ਕਿ ਤਰ੍ਹਾਂ ਤਰ੍ਹਾਂ ਦੇ ਫੁੱਲ, ਕਿੰਨੇ ਘੈਂਟ ਘੈਂਟ ਫੁੱਲ। ਠੀਕ ਹੈ, ਮਗਰ ਦੇਖ ਸਕਦੇ ਹਾਂ ਐਲੀਫੈਂਟਸ ਵੀ ਬਣੇ ਹੋਏ ਆ ਵੱਡੇ ਵੱਡੇ। ਅਤੇ ਇੱਧਰ ਜਿਹੜਾ ਬਾਕੀ ਨਾਲ ਨਾਲ ਇੱਧਰ ਸ਼ੋਪਸ ਵੀ ਹੈਗੀਆਂ, ਜਿਨ੍ਹਾਂ ਨੂੰ ਨਹੀਂ ਪਤਾ ਸ਼ੋਪਸ ਵੀ ਹੈ। ਅਤੇ ਇੰਨੇ ਘੈਂਟ ਘੈਂਟ ਫੁੱਲ ਹੈ, ਅਤੇ ਆ ਇਹਨਾਂ ਦੀਆਂ ਜਿਹੜੀਆਂ ਫਰਾਕਾਂ ਜਿਹੀਆਂ ਪਾਈਆਂ, ਅਤੇ ਮੈਂ ਦਿਖਾਉਣਾ ਤੁਹਾਨੂੰ, ਹੁਣ ਦੇਖੋ ਇਹ ਘੁੰਮ ਰਹੀਆਂ ਸੀ। ਪ੍ਰੀਤ
सही लग रहा है ना, मजा आ रहा है ना। एंड गाइस वो एक कैसल जा भी बनया पीछे देख सकते हैं तुसी, वो देखो कितना घैंट बनया यार, अमेजिंग ना। वाओ आ जिदा पीछे म्यूजिक भी उदा का लगा ते ये घूम भी उदा रही है, पर उपर कपड़े पाने भुल गए यार। ये जिदा डिजाइन वो नहीं होंगे, म्यूजिक भी उदा का लगा ना, केड़ा डांस होंगे, सालसा होंगे की होंगे, सालसा होंगे ना है ना, सालसा ही है ना। ओके छे लगियां भी, तीन तो तीन छे लगियां, तो उधर कुछ और लगा, आ जाओ देखते हैं। अभी आ की चीज है ये, वाल तो के बैठा है, बैठा के बैठी है, बैठी है अजान दी आवाज आंदी है ना, पढ़ी जाती है बिलकुल। हां सही है गाइस, आ देख लो बाल धो के किदा सुकाउन डई है उहदे, एंड वो पिछे ढिला जा एक बैठा है, उहदा नाम पता नहीं कार्टून आउंदा हुंदा सी ना यार, वो की आ वो पता नहीं किहड़ा सीगा, छोटे हुंदे डोनल्ड डक देखदे हुंदे सी ना, डोनल्ड डक देखिया उहदे नाल आ हुंदा सी ए, पर पता नहीं कौन है, कौन है ए, ए भी नहीं पता, मैं कार्टून देखी नहीं। एनीवेज गाइस ते आ किधर गया, आ रहा डोनल्ड डक, उधर उहदा चाचे का पुत, पिछे उहदा मामे का पुत, ते आ उहदी भूआ का पुत जिहड़ा सानू पता नहीं कौन है, ठीक है। ते आ जो बाकी वो पिछे जिहड़े छोटे छोटे हुंदे सी ना पिछे, वो तीन जणे वो कट्ठे खड़े जिहड़े वो वाले है। ओके ठीक है। हाय नी किन्ने क्यूट है जब्बू, तेरे वर्गे है, आ कह रहा भी लै दस आ भी कोई गल है, जप भी कह रहा आ भी कोई गल है। एक्चुअली ये जिन इन्हों के जेडे एक्सप्रैशन बने हुए ना, बॉडी एक्सप्रैशन है जेडे, वो कुछ कह रहे हैं, ठीक है। आ देखो आ कर है, तू मैनू दस के नहीं गया, जिथे भी गया ही इतने कर आया तू, ओ वे वो परला भी कही जिदा बिनू ढिलो नहीं कहना हूँ पंजाबी फिल्म, ऐ इशारा करके वो कहना लै इतें की अंब लैना है। तो गाइस तरह तरह के लोग है इतने सारे, मतलब कि कह लो कंट्रीज दे सारे कित है ना। आ देखो कहना लै आ भी इतने आ गए मूँह चक, एंड जप भी इन्होंने देख के इंजॉय कर रहा है। गोरिया के जो बच्चे होंगे ना छोटे छोटे, वो बड़े क्यूट लगते हैं, वो देखो मगर चलिया एक, वो मैंने बहुत क्यूट लगते हैं सीरीयसली। एंड इतने पेंगुइन्स भी है, पेंगुइन्स आ रहे, ठीक है। इतने की करन डे है, इतने नहीं होना चाहिए इन्होंने, ये तो उधर होने चाहिए जी। आ गाइस इन्होंने एमिरेट्स का जिहड़ा एक जहाज बनाया विद फ्लावर्स, ठीक है। किदा लगे तुसी की देखी जाने हो, ओ अच्छा 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 इधर आ खाली पिया कोई जप नु भाई, ये ते नहीं जप नु सवाई दिने आ जाओ, सही गल है, उधर पिया कोई खाली नहीं खाली, ओ शिट ए जप दे झल्ली दा काम करना सी कहने, जिदा एक झल्ली भी नहीं है कोई, कोई नहीं। ओके चलो फिर लेट्स गो फाइंड आउट, हमने फाइंड करो जेम्स बॉन्ड बन के, टैं 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 चा चा चा। जी सोचा कि असी जपमन नूं इत्थे थोड़ा चिर सवा दिंदे आ, चल ये झूठे जे मिल रहे हैं इहनूं, पर इहनूं सवाउण दी कोशिश कर रहे सी, बट ये तो सुत्ता नहीं, इहदी मम्मी जरूर सौंगी। गाइज जिहड़ा भी मिरेकल गार्डन आउंदा ना वह इत्थे फोटो जरूर खिचाउंदा, ठीक है। सो आप हूँ इतने फोटो खिचाऊनी है किसी ना किसी तो, आज देखते हैं फड़ते हैं किसी बंदे को। तो मैं ये नहीं समझ आती भी जिन्या भी इतने बनाई मूर्तियाँ सब वालका तो सिखाई जी है, आख लो पिछे आ भी कि धोन तह चक्की है, तो इधर पिछे वधिया हाथी उथी भी है, सारा कुछ जबरदस्त है। गाइज इतने तरह तरह की डेकोरेशन की गई है, उपर देखो ये लगाए है अंबरेला सारे पासे, ते इधर भी ते इधर भी। ओ हो सरदार भाई नाल टक्कर वजी कोई ते फोन डिग पिया, कीड़ गया
ਗਾਈਸ ਪਤਾ ਨਹੀਂ ਸਕਰੀਨ ਗਾਰਡ ਤੜਾ ਲਿਆ ਉਹਨਾਂ ਨੇ ਤੇ ਆ ਬਣਿਆ ਜੀ ਕੱਛੂ ਗੁੰਮਾ ਤੇ ਦਿਲਪ੍ਰੀਤ ਨੂੰ ਲੱਭ ਗਈ ਕੋਈ ਹੋਰ ਚੀਜ਼ ਤੇ ਆ ਇੱਕ ਇੱਧਰ ਕੱਛੂ ਗੁੰਮਾ ਤੇ ਆ ਇੱਧਰ ਲਓ ਜੀ ਇਹ ਜੱਪ ਦੀ ਚੀਜ਼ ਇੱਕ ਹੋਰ ਲੱਭ ਗਈ ਹੈ ਜੱਪ ਵਾਸਤੇ ਐਂਡ ਆਹ ਜਿਹੜੀਆਂ ਝੱਲੀਆਂ ਤੁਸੀਂ ਮੰਜੇ ਨਾਲ ਬੰਨਦੇ ਹੁੰਦੇ ਨਾ ਆਪਾਂ ਘਰਾਂ 'ਚ ਇਹ ਇਹਨਾਂ ਨੇ ਇੱਥੇ ਲਾਈਆਂ ਇਹ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੱਪ ਉਹ ਤੇਰੇ ਨਾਲ ਧੋਖਾ ਹੋਇਆ ਉਹ ਮੰਮਾ ਆਪ ਝੂਟੇ ਲਈ ਜਾਂਦੇ ਵੇਖ ਲਾ ਅੱਜ ਕੱਲ੍ਹ ਦੀਆਂ ਮਾਵਾਂ ਨੂੰ ਹੈ ਹੀ ਮਾਂ ਆਪ ਝੂਟੇ ਲਈ ਜਾਂਦੀ ਹੈ ਬੱਚਾ ਵਿਚਾਰਾ ਇੱਥੇ ਚੁਕਾਇਆ ਜੱਪ ਵੀ ਹੁਣ ਵਿੱਚ ਪੈ ਗਿਆ ਝੱਲੀ ਦੇ ਕਿਆ ਲੈਣ ਡਿਆ ਝੂਟੇ ਅਤੇ ਮੈਨੂੰ ਲੱਗਦਾ ਜਿਸ ਢੰਗ ਨਾਲ ਇਹ ਚੁੱਪ ਚਾਪ ਪਿਆਣਾ ਮੈਨੂੰ ਲੱਗਦਾ ਇੰਨੇ ਇੱਥੇ ਸੌ ਜਾਣਾ ਅਤੇ ਸਾਡਾ ਅੱਧਾ ਪੌਣਾ ਘੰਟਾ ਗਿਆ ਇੱਥੇ ਹੈ ਕਿ ਨਹੀਂ ਸਹੀ ਹੈ ਨਾ ਚਲੋ ਮੈਂ ਆਪ ਇੱਥੇ ਥੱਲੇ ਪੈ ਜਾਣਾ ਹੁਣ ਬਾਕੀ ਫਿਰ ਠੀਕ ਹੈ ਸ਼ੇਅਰ ਕਰ ਲੈਂਦੇ ਜਾ ਕੇ ਮਤਲਬ ਇਹਦੇ ਉੱਪਰੋਂ ਦੀ ਵੀ ਆਪਾਂ ਦੇਖ ਸਕਦੇ ਹਾਂ ਜਿਹੜਾ ਕੈਸਲ ਸੀ ਨਾ ਇਹ ਉਹੀ ਵਾਲਾ ਕੈਸਲ ਆ ਉਹਦੇ ਉੱਪਰ ਆਪਾਂ ਜਾ ਰਹੇ ਹਾਂ ਅਤੇ ਜਿਹੜਾ ਆਹ ਦੇਖ ਲਓ ਜੀ ਉਹ ਰਿਹਾ ਜਹਾਜ਼ ਜਿਹੜਾ ਜਹਾਜ਼ ਬਣਿਆ ਸੀਗਾ ਜੀ ਥੋੜ੍ਹਾ ਹੋਰ ਉੱਪਰ ਜਾਣਾ ਕੈਸਲ ਦੇ ਉੱਪਰ ਆ ਗਏ ਹਾਂ ਅਤੇ ਇੱਥੋਂ ਦੀ ਸਾਰਾ ਜਿਹੜਾ ਇਹ ਜਿਹੜਾ ਗਾਰਡਨ ਹੈ ਇਹ ਦੇਖਦਾ ਇੱਥੋਂ ਉੱਧਰ ਰਾਈਡਸ ਵੀ ਹੈਗੀਆਂ ਐਂਡ ਦੂਜੀ ਸਾਈਡ ਬਟਰਫਲਾਈ ਗਾਰਡਨ ਵੀ ਹੈਗਾ ਠੀਕ ਹੈ ਜੀ ਆਹ ਹੈਗਾ ਉਹੀ ਪਲੇਨ ਉੱਤੋਂ ਨਹੀਂ ਦੇਖ ਸਕਦੇ ਤੁਸੀਂ ਇਸ ਸਾਈਡ ਐਗਜ਼ਿਟ ਹੈਗੀ ਇੱਧਰ ਦੀ ਵੀ ਬਟ ਆਪਾਂ ਉੱਧਰ ਹੀ ਜਾਵਾਂਗੇ ਕਿਉਂਕਿ ਦਿਲਪ੍ਰੀਤ ਨੀਚੇ ਬੈਠੀ ਹੋਈ ਹੈ ਆਹ ਵਾਲਾ ਕੈਸਲ ਹੈ ਇੱਧਰ ਉਹ ਐਂਟਰੀ ਗੇਟ ਹੈ ਜਿੱਥੋਂ ਆਪਾਂ ਆਏ ਹਾਂ ਆਹ ਇੱਧਰ ਮਾਨੋ ਬਿੱਲੀ ਵੀ ਹੈ ਬਣੀ ਹੋਈ ਅਤੇ ਹੋਰ ਵੀ ਹੈ ਇੱਥੇ ਸਾਰਾ ਕੁਛ ਠੀਕ ਹੈ ਜੀ ਗਾਈਜ਼ ਜਦੋਂ ਇੰਨਾ ਤੁਰੋ ਫਿਰੋਂਗੇ ਇੰਨਾ ਭੱਜੋਗੇ ਅਤੇ ਭੁੱਖ ਵੀ ਤਾਂ ਲੱਗਣੀ ਹੈ ਦੈਟਸ ਵਾਈ ਅਸੀਂ ਆ ਔਡਰ ਕੀਤਾ ਕੁਛ ਖਾਣ ਲਈ ਗਾਈਜ਼ ਹੁਣ ਬਸ ਇੱਕ ਤਰ੍ਹਾਂ ਦਾ ਐਂਡ ਹੀ ਹੈ ਇਹਦਾ ਅਤੇ ਆਹ ਦੇਖ ਲਓ ਪਿੱਛੇ ਬੱਤਕਾਂ ਬਣੀਆਂ ਅਤੇ ਉਹ ਪਿੱਛੇ ਮਾਨੋ ਬਿੱਲੀ ਕਿੱਦਾਂ ਘੂਟ ਰਹੀ ਆ ਅਤੇ ਇੱਕ ਆਹ ਸਾਡਾ ਮਾਨੋ ਬਿੱਲਾ ਇਹ ਤੰਗ ਬੋ ਕਰਦਾ ਜਵਾਕਾਂ ਨਾਲ ਆਉਣਾ ਹੁੰਦਾ ਨਾ ਅਤੇ ਥੋੜ੍ਹਾ ਹੋ ਹੀ ਜਾਂਦਾ ਹੈ ਨਾ ਸੋ ਆਹ ਬਾਕੀ ਸਾਰਾ ਸੀਨ ਹੈ ਅੱਜ ਦਾ ਜਿਹੜਾ ਐਕਸਪੀਰੀਅੰਸ ਸੀ ਇੱਥੋਂ ਦਾ ਦੁਬਈ ਦੇ ਵਿੱਚ ਮਿਰੈਕਲ ਗਾਰਡਨ ਦਾ ਮੈਨੂੰ ਤਾਂ ਘੈਂਟ ਲੱਗਾ ਤੁਹਾਨੂੰ ਭੁੱਖ ਲੱਗੇ ਤੁਸੀਂ ਖਾ ਵੀ ਸਕਦੇ ਹੋ ਕਿਉਂਕਿ ਖਾਣ ਪੀਣ ਨੂੰ ਵੀ ਇੱਥੇ ਬਹੁਤ ਕੁਛ ਹੈ ਠੀਕ ਹੈ ਗਾਈਜ਼ ਇੱਧਰ ਬਟਰਫਲਾਈ ਗਾਰਡਨ ਵੀ ਹੈਗਾ ਪਰ ਅਸੀਂ ਇੱਥੇ ਦੇਖ ਲਈ ਅਸੀਂ ਇਸ ਲਈ ਉੱਧਰ ਨਹੀਂ ਜਾਣਾ ਜੋਕ ਸੀ ਯਾ ਸੋ ਆ ਰਹੀ ਮਾਨੋ ਬਿੱਲੀ ਇਹ ਮੈਨੂੰ ਸਭ ਤੋਂ ਜ਼ਿਆਦਾ ਪਸੰਦ ਮੈਨੂੰ ਆਹੀ ਆਈ ਹੈ ਮਾਨੋ ਬਿੱਲੀ ਉੱਤੇ ਕਹਿੰਦੇ ਜਾਣਾ ਨਹੀਂ ਤਾਂ ਮੈਂ ਚੱਲ ਜਾਣਾ ਸੀਗਾ ਉੱਧਰ ਵੀ ਕੈਸਲ ਜਿਹਾ ਬਣਿਆ ਆਹ ਕੈਸਲ 'ਚ ਆਪਾਂ ਦੇਖ ਲਿਆ ਇੱਧਰੋਂ ਅਸੀਂ ਖਾਧਾ ਪੀਤਾ ਅਤੇ ਇੱਧਰ ਹੀ ਜਾਣਾ ਨਹੀਂ ਅਤੇ ਹੁਣ ਗੱਲਬਾਤ ਰਹਿ ਗਈ ਉੱਧਰ ਉਹ ਪਤਾ ਨਹੀਂ ਕੀ ਹੈ ਉਹ ਆਪਾਂ ਜਿੱਥੋਂ ਆਏ ਹਾਂ ਉਹੀ ਹੈ ਸੋ ਆ ਜਾਓ ਸੋ ਗਾਈਜ਼ ਆਹ ਇੱਕ ਕਿਲਾ ਟਾਈਪ ਬਣਾਇਆ ਗਿਆ ਆਈ ਡੋਂਟ ਨੋ ਕਿ ਇਹ 'ਚ ਕਿਲਾ ਬਟ ਆਹ ਸੋਹਣਾ ਬਣਿਆ ਦੇਖਣ ਨੂੰ ਅਤੇ ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਇੱਧਰ ਇੱਧਰ ਮੇਰੇ ਖਿਆਲ ਐਗਜ਼ਿਟ ਆ ਅਸੀਂ ਹੁਣ ਬਾਹਰ ਆ ਗਏ ਹਾਂ ਟੈਕਸੀ 'ਚ ਬੈਠ ਗਏ ਹਾਂ ਅਤੇ ਹੁਣ ਅਸੀਂ ਜਾ ਰਹੇ ਹਾਂ ਵਾਪਸ ਆਪਣੇ ਹੋਟਲ 'ਚ ਅਤੇ ਇਹ ਵੀਡੀਓ ਹੁਣ ਤੁਹਾਨੂੰ ਜਿੱਦਾਂ ਵੀ ਲੱਗੇ ਸਾਨੂੰ ਨੀਚੇ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਲਾਈਕ ਸ਼ੇਅਰ ਕਰ ਦਿਓ ਅਤੇ ਅਗਲੇ ਵੀਲੌਗ ਦੇ ਲਈ ਰੈਡੀ ਰਹੋ ਗਾਈਜ਼ ਜੇਕਰ ਤੁਸੀਂ ਦੁਬਈ ਆਉਣ ਦਾ ਸੋਚ ਰਹੇ ਹੋ ਨਾ ਤਾਂ ਪਾਣੀ ਆ ਉਹਦਾ ਨਾਲ ਲਿਆਇਓ ਭਰਾ ਕਿਉਂਕਿ ਇੱਥੇ ਪਾਣੀ ਆ ਜਿਹੜਾ ਮੁੱਲ ਵੇਖਦਾ ਤੁਹਾਨੂੰ ਕਿਤੇ ਨਾ ਕੋਈ ਪਾਣੀ ਦੀ ਕੋਈ ਮਸ਼ੀਨ ਮਿਲਦੀ ਹੈ ਨਾ ਕੋਈ ਫਿਲਟਰ ਪਾਣੀ ਨਾ ਕੋਈ ਆਰ ਓ ਨਾ ਕੁਛ ਕਿਸੇ ਵੀ ਪਬਲਿਕ ਜਗ੍ਹਾ 'ਤੇ ਤੁਹਾਨੂੰ ਪਾਣੀ ਨਹੀਂ ਮਿਲਣ ਲੱਗਾ ਤੁਹਾਨੂੰ ਆਪਦੀ ਜੇਬ ਵਿੱਚੋਂ ਪੈਸੇ ਖਰਚ ਕਰਕੇ ਲੈਣਾ ਪੈਣਾ ਬਾਹਰ ਹੈ ਜਿਹੜੀ ਪਾਣੀ ਦੀ ਇੱਕ ਬੋਤਲ ਮਿਲਦੀ ਹੈ ਇੱਕ ਦਿਰਮ ਦੀ ਅਤੇ ਸਾਡੇ ਹੋਟਲ ਵਿੱਚ ਮਿਲ ਰਹੀ ਹੈ 8 ਦਿਰਮ ਦੀ ਠੀਕ ਹੈ ਅਤੇ 8 ਦਿਰਮ ਦੀ ਐਡੀ ਕੁ ਬੋਤਲ ਦੇਖ ਕੇ ਦੁੱਖ ਬਹੁਤ ਲੱਗਦਾ ਪਰ ਅਸੀਂ ਇਹਦਾ ਹੱਲ ਕੱਢ ਲਿਆ ਸੀ ਉਹ ਹੱਲ ਪਤਾ ਕੀ ਸੀ ਆ ਜਾਓ ਦਿਖਾਵਾਂ ਸੋ ਗਾਈਜ਼ ਆਹ ਸਾਡੇ ਹੋਟਲ ਦੇ ਵਿੱਚ ਲੋਕਰ ਹੈ ਠੀਕ ਹੈ ਇਹ ਲੋਕਰ ਦੀ ਜਿਹੜੀ ਇਜਾਦ ਕੀਤੀ ਸੀ ਇਹ ਕੀਤੀ ਸੀ ਦਿਲਪ੍ਰੀਤ ਨੇ ਅਤੇ ਮੈਂ ਨੰਬਰ ਹਾਈਡ ਨਹੀਂ ਕਰੂੰਗਾ ਤੁਹਾਨੂੰ ਦਿਖਾਈ ਦਿੰਦਾ ਠੀਕ ਹੈ ਇਹ ਸਾਡਾ ਸੇਫਟੀ ਲੋਕ ਸੀ ਅਤੇ ਜਦੋਂ ਇਹਨੂੰ ਓਪਨ ਕਰੋਗੇ ਤਾਂ ਤੁਹਾਨੂੰ ਵਿੱਚ ਮਿਲੇਗਾ ਕੀ ਪਾਣੀ
ਕਿਉਂਕਿ ਇਹਦੀ ਬਹੁਤ ਕਿੱਲਤ ਹੈ। ਠੀਕ ਹੈ, ਸੋ ਇਹ ਵਾਟਰ ਹੈ, ਬਾਕੀ ਇੱਕ ਬੋਤਲ ਕੱਢੋ, ਬਾਕੀ ਲੋਕਡ। ਇਹ ਜਿਹੜੀ ਇਜਾਤ ਹੈ ਇਹ ਦਿਲਪ੍ਰੀਤ ਨੇ ਕੀਤੀ ਸੀ, ਉਸ ਤੋਂ ਬਾਅਦ ਲੋਕ, ਸੋਰੀ, ਯੈਸ। ਠੀਕ ਹੈ ਗਾਈਜ਼, ਆਹ ਬੋਤਲ ਦੇਖ ਲਓ 8 ਦਿਰਮ ਦੀ, ਅਤੇ ਬਾਹਰ ਮਿਲਦੀ ਹੈ 1 ਦਿਰਮ ਦੀ। ਦੈਟਸ ਵਾਈ ਅਸੀਂ ਬਾਹਰੋਂ ਲਿਆ ਕੇ ਲੋਕਰ 'ਚ ਸੇਫ ਕਰਕੇ ਰੱਖਤੀਆਂ, ਭਰਤਾ ਸੀ ਪੂਰਾ, ਅੱਧੀਆਂ ਪੀਲੀਆਂ ਸੀ। ਥੈਂਕ ਯੂ ਸੋ ਮੱਚ।